ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸੰਗਤਾਂ ਨੇ ਬੁਲਾਇਆ ਸੀ, ਬਹੁਤ ਪ੍ਰੇਮ ਮਤਲਬ ਸਤਿਕਾਰ ਜਿਹੜਾ ਦਿੱਤਾ ਹੈ ਉਹਦੇ ਅਸੀਂ ਰਿਣੀ ਹਾਂ। ਕੁਛ ਮਸਲੇ ਇਹਨਾਂ ਸੰਗਤਾਂ ਨੇ ਦੱਸੇ ਨੇ, ਉਹ ਅਸੀਂ ਕਮੇਟੀ ਨੂੰ ਵੀ ਅਪੀਲ ਕਰਦੇ, ਬੇਨਤੀ ਕਰਦੇ ਹਾਂ ਵੀ ਨਾ ਇਹੋ ਜਿਹੇ ਡਿੱਕੇ ਡਾਓ, ਬੈਠ ਕੇ ਵਿਚਾਰ ਕੇ ਗੱਲ ਕਰ ਲਓ, ਕਿਉਂ ਆਪਣੇ ਹੀ ਗੁਰਸਿੱਖਾਂ ਨੂੰ ਕੋਰਟਾਂ 'ਚ ਘਸੀੜਦੇ ਜੋ, ਅਤੇ ਪ੍ਰਸ਼ਾਸਨ ਨੂੰ ਜਿਹੜੀ ਨਸ਼ਿਆਂ ਦੇ ਸਵਾਲ ਦੀ ਬੇਨਤੀ ਕੀਤੀ ਹੈ, ਕਿਉਂਕਿ ਇੱਥੋਂ ਦੀਆਂ ਜਿਹੜੀਆਂ ਮਾਵਾਂ ਭੈਣਾਂ ਦੇ ਸਾਨੂੰ ਬਹੁਤ ਫੋਨ ਆਏ ਵੀ ਕਿਸੇ ਦਾ ਭਰਾ ਨਸ਼ੇ ਕਰਦਾ, ਕਿਸੇ ਦਾ ਘਰ ਵਾਲਾ, ਕਿਸੇ ਦਾ ਪੁੱਤ ਹੈ, ਅਤੇ ਉਹ ਕਹਿੰਦੇ ਵੀ ਜਾਂ ਤਾਂ ਮਰ ਜਾਣ, ਜਾਂ ਤਾਂ ਘੁੰਮ ਤਾਂ ਇਹਨਾਂ ਨੂੰ ਇਕੱਠਿਆਂ ਨੂੰ ਕਰਕੇ ਜਿਹੜੇ ਨਸ਼ੇ ਵਾਲੇ ਨੌਜਵਾਨ ਨੇ ਗੋਲੀ ਮਾਰ ਦੇਵੇ, ਅਤੇ ਜਾਂ ਫਿਰ ਇਹਨਾਂ ਨੂੰ ਸੁਧਾਰਨ ਦਾ ਕੋਈ ਤਰੀਕਾ ਕਰ ਅਪਣਾਇਆ ਜਾਵੇ। ਸੋ ਅਸੀਂ ਤਾਂ ਦੇਖੋ ਗੁਰੂ ਦੇ ਲੜ ਲਾ ਹੀ ਸਕਦੇ, ਹੋਰ ਸਾਡੇ ਕੋਲ ਕੁਛ ਨਹੀਂ ਹੈਗਾ। ਕਰਸੇਡ ਦਾ ਉਹਨੂੰ ਕਹੋ ਵੀ ਕਰਸੇਡ ਦਾ ਜਦੋਂ ਸ਼ਬਦ, ਜਦੋਂ ਹੁਣ ਕੋਈ ਮੁਸਲਮਾਨ ਕਵੇ ਵੀ ਜਹਾਦ ਕਰਨਾ ਅਤੇ ਬਾਅਦ 'ਚ ਕਵੇ ਵੀ ਇਲਾਜ ਕਰਨਾ, ਇੱਕਦਮ ਤੋਂ ਕਿਹਾ ਸਿੱਖਾਂ ਨੇ ਹਸਪਤਾਲ ਖੋਲ੍ਹਣਾ ਵੇ, ਉਹ ਕਹਿਣ ਪਏ ਅਸੀਂ ਧਰਮ ਯੁੱਧ ਕਰਨ ਚੱਲੇ ਹਾਂ, ਇਹ ਕਰਤੂਤ ਉਹਨਾਂ ਦੀ ਝੂਠੀ ਹੈ। ਉਹਨਾਂ ਨੂੰ ਕਹੋ ਵੀ ਬਾਜ ਆ ਜਾਣ, ਕਿਉਂਕਿ ਤੁਸੀਂ ਅਸੀਂ ਰੋਕਣਾ ਨਹੀਂ ਅਰਕਾਂ, ਅਸੀਂ ਨਹੀਂ ਰੋਕਣਾ, ਬਿਲਕੁਲ 4 ਤਰੀਕ ਲੰਘ ਲੈਣ ਦਿਓ, ਜਿਹੜਾ ਸਾਡੇ ਖਿਲਾਫ਼ ਯੁੱਧ ਦਾ ਐਲਾਨ, ਯੁੱਧ ਦਾ ਜਵਾਬ ਯੁੱਧ ਨਾਲ ਦੇਵਾਂਗੇ। 30 ਸਾਲ ਹੋਇਆ ਸੇਵਾ, ਜਿਹੜੇ ਕਾਰ ਸੇਵਾ ਵਾਲੇ ਨੇ ਦੱਸਿਆ ਕਿ SGPC ਜਿਹੜੀ ਸਰਮੋਹਰ ਜਥੇਬੰਦੀ ਕਹੀ ਜਾਂਦੀ ਆ ਸਿੱਖਾਂ ਦੀ, ਦੇਖੋ ਮੈਂ ਕਿਹਾ ਵੀ ਮਸੰਦ ਕਿੱਡੇ ਸਰਮੌਰ ਸੀ, ਗੁਰੂ ਨੇ ਹੱਥੀ ਬਣਾਏ ਸੀ, ਅਤੇ ਹੱਥੀ ਨਹੀਂ ਬਣੀ ਗੁਰੂ ਦੇ ਆਪਣੇ ਹੱਥਾਂ ਨਾਲ, ਤੇ ਗੁਰੂ ਨੇ ਤਿਆਰ ਨਹੀਂ ਕੀਤੀ SGPC, ਪਰ ਗੁਰੂ ਦੀ ਕਿਰਪਾ ਨਾਲ ਜ਼ਰੂਰ ਬਣੀ ਹੈ। ਜੇ ਮਸੰਦ ਗੁਰੂ ਨੇ ਆਪ ਸਾੜੇ ਨੇ, ਤੇ ਫਿਰ ਇਹ ਸੋਚ ਲੈਣ ਕਿ ਸੰਸਥਾ ਕੋਈ ਪੰਥ ਤੋਂ ਗੁਰੂ ਤੋਂ ਵੱਡੀ ਨਹੀਂ ਹੁੰਦੀ, ਤੇ ਜੇ ਇਦਾਂ ਗੁਰਸਿੱਖਾਂ ਨੂੰ ਤੰਗ ਪਰੇਸ਼ਾਨ ਕਰਨਾ ਹੈ, ਮੈਨੂੰ ਇਹ ਨਹੀਂ ਪਤਾ ਵੀ ਪੂਰਾ ਮਸਲਾ ਕੀ ਹੈ, ਪਰ ਜਿੰਨਾ ਕੁ ਮੈਂ ਸੁਣਿਆ ਉਹਦੇ ਬਿਨਾਂ ਤੇ ਮੈਂ ਗੱਲ ਕਹੀ, ਇਹਨਾਂ ਦੀ ਜਿੰਨੀ ਕੁ ਹਿਸਟਰੀ SGPC ਦੀ ਉਹ ਵੀ ਸਾਨੂੰ ਪਤਾ ਹੈ ਸਾਰਿਆਂ ਨੂੰ। ਉਹ ਵਹੀਰ ਦਾ ਸਮਾਗਮ ਹੈ ਪੂਰੇ ਪੰਜਾਬ 'ਚ, ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ 'ਤੇ ਸਮਾਪਤੀ ਦੀ ਅਰਦਾਸ ਕਰਨੀ ਹੈ, ਉਹਦੇ 'ਚ ਰਸਤੇ 'ਚ ਆਪਾਂ ਪੜਾਅ ਕਰਨੇ ਨੇ, ਇਸ ਨਗਰ ਦੇ ਵੱਲ ਵੀ ਦੁਬਾਰਾ ਪੜਾਅ ਕਰਦੇ ਕਰਦੇ ਆਵਾਂਗੇ, ਉਦੋਂ ਫਿਰ ਇੱਕ ਦਿਨ ਪੂਰਾ ਇੱਥੇ ਰੁਕਾਂਗੇ, ਸਾਰੇ ਨਗਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਇਤਿਹਾਸਕ ਗੁਰੂ ਘਰ ਨੇ ਉਹਦੇ ਲਾਗੇ ਪੜਾ ਕਰਾਂਗੇ। ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਇੱਥੇ ਮਾਵਾਂ ਜੇ ਇਹ ਗੱਲ ਕਹਿਣ ਲੱਗ ਪੈਣ ਕਿ ਸਾਡੇ ਪੁੱਤਾਂ ਨੂੰ ਜਾਂ ਤਾਂ ਗੋਲੀ ਮਾਰ ਦਿਓ ਜਾਂ ਇਹਨਾਂ ਨੂੰ ਨਸ਼ੇ ਤੋਂ ਹਟਾ ਦਿਓ, ਤਾਂ ਮਾਹੌਲ ਠੀਕ ਹੈ ਕਿ ਖਰਾਬ ਹੈ? ਮੈਂ ਮਾਹੌਲ ਖਰਾਬ ਕੀਤਾ? ਜੇ ਗੁਰੂ ਕੇ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਬਣ ਗਏ ਤਾਂ ਫਿਰ ਮਾਹੌਲ ਕਿੱਦਾਂ ਖਰਾਬ ਹੋ ਗਿਆ? ਮਾਹੌਲ ਤਾਂ ਖਰਾਬ ਜਿਹੜਾ ਨਸ਼ੇ ਕਰਦਾ ਉਹ ਕਰਦਾ, ਜਿਹੜਾ ਨਸ਼ੇ ਕਰਦਾ ਉਹ ਫਿਰ ਲੁੱਟਾਂ ਵੀ ਕਰਦਾ, ਪੈਸੇ ਤੇ ਲਈ ਉਹ ਘਰ ਵੀ ਕੁੱਟਮਾਰ ਕਰਦਾ, ਉਹ ਫਿਰ ਕਾਨੂੰਨੀ ਤੌਰ 'ਤੇ ਜੁਰਮ ਨਹੀਂ ਕਰਦਾ। ਸੋ ਹਕੂਮਤ ਜਿਹੜੀ ਇਹ ਵੋਟਾਂ ਲੈ ਕੇ ਆਈ ਹੈ, ਪਿਛਲੀਆਂ 3 ਹਕੂਮਤਾਂ ਵੀ ਆਈਆਂ ਬੇਅਦਬੀ ਦੇ ਮੁੱਦੇ 'ਤੇ, ਨਸ਼ਿਆਂ ਦੇ ਮੁੱਦੇ 'ਤੇ, ਅਤੇ ਜੇ ਉਹ ਤੋਂ ਬਾਅਦ 'ਚ ਵੀ ਮੁੰਡੇ ਮਰਨ ਡਏ ਤਾਂ ਫਿਰ ਹਕੂਮਤ ਕੋਲ ਕੀ ਅਧਿਕਾਰ ਹੈ ਸਾਨੂੰ ਕਹਿਣ ਦਾ ਵੀ ਤੁਸੀਂ ਮਾਮਲਾ ਲਾਉਣੀ ਨਹੀਂ ਚਾਹੁੰਦੀ? ਹਕੂਮਤ ਚਾਹੁੰਦੀ ਹੈ ਵੀ ਨੌਜਵਾਨ ਸਿੱਖਾਂ ਦੇ ਮਰ ਜਾਣ ਜਾਂ ਇੱਥੋਂ ਛੱਡ ਕੇ ਤੁਰ ਜਾਣ। ਦੇਖੋ ਤੁਰੰਤ ਕਮਿਸ਼ਨ ਉਹਨੂੰ ਕਿਹਾ ਵੀ ਕਾਹਦਾ ਬਣਾਉਣਾ, ਜੇ ਬਣਾ ਲਓਗੇ ਤੇ ਜਿੱਦਾਂ ਅੱਗੇ ਕਮਿਸ਼ਨ ਬਣੇ ਨੇ ਉਹਨਾਂ ਨੇ ਵੀ ਝੂਠ ਬੋਲਿਆ ਤਾਂ ਤੁਰੰਤ ਨੇ ਵੀ ਝੂਠ ਬੋਲਣ ਲੱਗ ਪੈਣਾ। ਤੁਰੰਤ ਦਰਸ਼ਨ ਦਾ ਸੱਚ ਦਾ ਕਮਿਸ਼ਨ ਕੀ ਬਣਨਾ ਚਾਹੀਦਾ? ਪਤਾ ਹੈ ਵੀ ਹਿੰਦੁਸਤਾਨ ਦੀ ਸਾਰੀ ਆਬਾਦੀ ਨੇ ਰਲ ਕੇ ਸਿੱਖਾਂ ਦਾ ਜੈਨੋਸਾਈਡ ਕੀਤਾ, ਜੇ ਨਹੀਂ ਤੇ ਜੈਨੋਸਾਈਡ ਤੋਂ ਕਤਲੇਆਮ ਤੋਂ 1-2 ਹਫ਼ਤੇ ਬਾਅਦ ਜੋ ਵੋਟਾਂ ਆਈਆਂ, ਰਾਜੀਵ ਗਾਂਧੀ ਕਿਉਂ ਜਿੱਤਿਆ ਸੀ? ਤੇ ਇਕੱਲਾ ਜਿੱਤਿਆ ਨਹੀਂ, ਅੱਜ ਤੱਕ ਹਿੰਦੁਸਤਾਨ ਦੇ ਇਤਿਹਾਸ 'ਚ ਉਹਨੀ ਵੋਟ ਨਹੀਂ ਪਈ। ਸੋ ਜੇ ਸਿੱਖਾਂ ਦਾ ਕਤਲੇਆਮ ਕਰਨ 'ਤੇ ਹਿੰਦੁਸਤਾਨ ਦੀ ਬਹੁ ਗਿਣਤੀ ਦੁਖੀ ਹੁੰਦੀ ਤੇ ਉਹਨੂੰ ਹਰਾ ਦਿੰਦੀ, ਉਹਨੂੰ ਜਿਤਾਇਆ। ਸੋ ਤੁਰੰਤ ਕਮਿਸ਼ਨ ਬਣਾ ਕੇ ਸਾਰੇ ਮੁਲਕ ਨੂੰ ਫਾਹੇ ਡੰਗ ਦਿਓ। ਡੇਰਾ ਸਾਹਿਬ ਦੇ ਡੇਰਾ ਬਣਾਉਣ ਤੇ ਇੰਨਾ ਰੌਲਾ ਨਹੀਂ ਪੈਂਦਾ ਜਿੰਨਾ ਤੁਹਾਡੀ ਸਪੀਚ ਤੇ ਬਦਲ ਲੀਡਰ ਉਦੋਂ ਕੁਝ ਬਣਾ ਜਾਂਦੇ। ਦੇਖੋ ਲੀਡਰਾਂ ਦੀ ਸਾਂਝ ਇਹਨਾਂ ਲੈਣੀਆਂ ਵੋਟਾਂ, ਉਹਨਾਂ ਵੱਲੋਂ ਕਾਲਾ ਚੋਰ ਹੋਵੇ, ਠੱਗ ਹੋਵੇ, ਬਲਾਤਕਾਰੀ ਹੋਵੇ, ਉਹਨਾਂ ਵੋਟਾਂ ਮੰਗਣ ਚੱਲ ਜਾਣਾ। ਅਸੀਂ ਵੋਟਾਂ ਨਹੀਂ ਮੰਗਣੀਆਂ, ਅਸੀਂ ਸੱਚ ਬੋਲਣਾ ਜਿੰਨਾ ਚਿਰ ਸਾਡੇ ਕੋਲ ਬੋਲਿਆ ਜਾਂਦਾ, ਜਿੰਨਾ ਚਿਰ ਸਵਾਸ ਨੇ ਸਰੀਰ ਦੇ ਵਿੱਚ। ਜੇ ਉਹਨਾਂ ਨੂੰ ਕਿਉਂ ਉਹਨਾਂ ਦੀਆਂ ਵੋਟਾਂ ਟੁੱਟਦੀਆਂ ਨੇ, ਕਿਉਂਕਿ ਡੇਰੇ ਦੇ ਪਿੱਛੇ ਇੰਨੀਆਂ ਭੇਡਾਂ ਹੈਗੀਆਂ ਨੇ ਕਈ। ਸੋ ਉਹ ਤੇ ਆਪ ਚਾਹੁੰਦੇ ਨੇ ਵੀ ਡੇਰਾ, ਹੁਣ ਦੇਖੋ ਇਹ ਕਹਿੰਦੇ ਕਾਨੂੰਨ ਤੇ ਅਮਨ ਸ਼ਾਂਤੀ ਭੰਗ ਹੁੰਦੀ ਹੈ, ਕਿੰਨੇ ਪਰੋਲ ਦਿੱਤੀ ਹੈ, ਕਿੰਨੇ ਡੇਰੇ ਵਾਲੇ ਨੂੰ ਲਿਆਂਦਾ, ਕਿਉਂ ਡੇਰੇ ਵਾਲਾ ਕਹਿ ਰਿਹਾ ਵੀ ਪੰਜਾਬ 'ਚ ਡੇਰਾ ਬਣਾਊਂਗਾ, ਹੁਣ ਇੱਥੇ ਕਿਉਂ ਕ੍ਰਸੇਡ ਦਾ ਐਲਾਨ ਹੁੰਦਾ? ਮੇਰੇ ਜਵਾਬਾਂ ਦੇ ਸਾਰੇ ਜਵਾਬ ਦੇਣ ਤੁਰ ਪੈਂਦੇ ਨੇ, ਜਿਹੜਾ ਪਹਿਲਾਂ ਸਾਡੇ 'ਤੇ ਹਮਲਾ ਹੋ ਰਿਹਾ ਉਦੋਂ ਹੀ ਚੁੱਪ ਕਰਾ ਦੇਣ, ਇਹ ਕਹਿੰਦੇ ਵੀ ਅੰਮ੍ਰਿਤਪਾਲ 'ਤੇ ਕਾਰਵਾਈ ਕਰਾਂਗੇ, ਅਤੇ ਮੈਂ ਉਦੋਂ ਵੀ ਇਹਨਾਂ ਨੂੰ ਗੱਲ ਕਹੀ ਸੀ ਵੀ ਜਿਹੜੇ ਸਾਡੇ 'ਤੇ ਜ਼ੁਲਮ ਕਰਦੇ ਉਹਨਾਂ 'ਤੇ ਕਾਰਵਾਈ ਕਰ ਦਿਓ, ਨਾ ਮੈਨੂੰ ਬੋਲਣ ਦੀ ਲੋੜ ਪਵੇ, ਨਾ ਤੁਹਾਨੂੰ ਮੇਰੇ 'ਤੇ ਕਾਰਵਾਈ ਕਰਨੀ ਪੈ, ਨਾ ਡੇਰਾ ਪੰਜਾਬ 'ਚ। ਤੁਸੀਂ ਦੱਸੋ, ਤੁਸੀਂ ਪੱਤਰਕਾਰ ਜੋ, ਜਿਹੜੇ ਬੰਦੇ ਨੇ ਗੁਰੂ ਦੀ ਬੇਅਦਬੀ ਕਰਾਈ ਹੋ, ਬਾਬਾ ਤੁਹਾਨੂੰ ਡੇਰਾ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ? ਨਾ ਤੁਸੀਂ ਸਿੱਖ ਜੋ, ਤੁਸੀਂ ਦੱਸੋ ਗੁਰੂ ਦਾ ਜਿਹੜਾ ਦੁੱਖ ਹੈ ਉਹਦਾ ਡੇਰਾ ਬਣਨਾ ਚਾਹੀਦਾ? ਹੁਣ ਜੇ ਪੁਲਿਸ ਵਾਲੇ ਨੂੰ ਪੁੱਛਿਓ ਕਹਿੰਦੇ ਨਹੀਂ ਬਣਨਾ ਚਾਹੀਦਾ, ਫਿਰ ਬਣਾਉਣ ਕੌਣ ਡਿਆ ਡੇਰਾ? ਮੈਨੂੰ ਤਾਂ ਨਹੀਂ ਸਮਝ ਆਉਂਦੀ। ਠੀਕ ਹੈ।